ਨਮਸਕਾਰ ਪ੍ਰੋਗਰਾਮ ਤਾਰੇ ਆਖਦੇ ਨੇ ਵੇਖ ਰਹੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ 30 ਜੁਲਾਈ 2015 ਵੀਰਵਾਰ ਵਾਲੇ ਦਿਨ ਦਾ ਇਹ ਐਪੀਸੋਡ ਹੈਗਾ ਅੱਜ ਜਿਹੜਾ ਹੈ ਰਾਹੂ ਕਾਲ ਦੁਪਹਿਰ ਦੇ 1:30 ਤੋਂ ਲੈ ਕੇ 3 ਵਜੇ ਤੱਕ ਚੱਲੇਗਾ ਇਹਦੇ ਵਿੱਚ ਕੋਈ ਵੀ ਸ਼ੁਭਕਾਮਨਾ ਕਰਿਓ ਪੱਧਰਾ ਲੱਗ ਗਈਆਂ ਅੱਜ ਸ਼ਾਮ ਦੇ ਜਿਹੜਾ 7:02 ਤੋਂ ਲੈ ਕੇ ਅਗਲੇ ਦਿਨ ਦੇ ਸਵੇਰ ਦੇ 5:41 ਤੱਕ ਹੈ ਇਹਦੇ ਵਿੱਚ ਵੀ ਸ਼ੁਭਕਾਮ ਵਰਜਿਤ ਹੁੰਦੇ ਹੈ ਵੈਸੇ ਅੱਜ ਤੁਸੀਂ ਜੇ ਸਾਰਿਆਂ ਨੇ ਪੱਕੋਵਾਲ ਰੋਡ 'ਤੇ ਮਾਂ ਬਗਲਾ ਮੁਖੀ ਧਾਮ 'ਤੇ ਆਉਂਦੇ ਹੋ ਤਾਂ ਸਾਡੇ ਵੱਲੋਂ ਆਮੰਤਰਣ ਹੈ ਤੁਹਾਨੂੰ ਉੱਥੇ ਤੁਸੀਂ ਮਾਂ ਬਗਲਾ ਮੁਖੀ ਜੀ ਦਾ ਹਵਨ ਜ਼ਰੂਰ ਕਰੋ ਰਾਤ ਦੇ 8 ਵਜੇ ਬਹੁਤ ਤੁਹਾਨੂੰ ਅਸੀਮ ਸ਼ਾਂਤੀ ਮਿਲੇਗੀ ਤੁਹਾਡੇ ਸਾਰੇ ਕਾਰਜ ਜ਼ਰੂਰ ਸਿੱਧ ਹੋਣਗੇ ਵਾਸਤੂ ਅਤੇ ਮਹੂਰਤ ਵਿਚਾਰ ਦੇ ਬਾਰੇ ਗੱਲ ਕਰਦੇ ਹਾਂ ਮਹੂਰਤ ਆਮ ਤੌਰ 'ਤੇ ਕਿਸੇ ਵੀ ਕੰਮ ਨੂੰ ਉਹਦੇ ਨਿਰਵਿਘਨ ਲਕਸ਼ ਦੀ ਪ੍ਰਾਪਤੀ ਦੇ ਲਈ ਇਨਸਾਨ ਜਿਹੜਾ ਕੰਮ ਕਰਨ ਵਾਲਾ ਉਹਨੂੰ ਸੁਨਿਸ਼ਚਿਤ ਕਰਨਾ ਹੁੰਦਾ ਕਿ ਕੰਮ ਕਦੋਂ ਸ਼ੁਰੂ ਕਰੇ ਅਤੇ ਕਿਸ ਤਰੀਕੇ ਦੇ ਨਾਲ ਕਰੇ ਕਿਉਂਕਿ ਜਦੋਂ ਵੀ ਕੰਮ ਦੀ ਸ਼ੁਰੂਆਤ ਠੀਕ ਢੰਗ ਦੇ ਨਾਲ ਨਹੀਂ ਹੁੰਦੀ ਤਾਂ ਉਸ ਕੰਮ ਦੇ ਵਿੱਚ ਅਸੀਂ ਫੇਲ ਹੋ ਜਾਂਦੇ ਹਾਂ ਬੜੇ ਲੋਕ ਆ ਕੇ ਕਹਿੰਦੇ ਆ ਕਿ ਅਸੀਂ ਬੜੇ ਕੰਮ ਕੀਤੇ ਬੜੇ ਕੰਮ ਸਥਾਪਿਤ ਕੀਤੇ ਲੇਕਿਨ ਅਸੀਂ ਖਤਮ ਹੁੰਦੇ ਰਹੇ ਉੱਡਦੇ ਰਹੇ ਸਭ ਕੁਝ ਬੇਕਾਰ ਹੋ ਗਿਆ ਕਿਉਂਕਿ ਉਹ ਮਹੂਰਤ ਦੇ ਮੁਤਾਬਿਕ ਨਹੀਂ ਚੱਲੇ ਇਸ ਲਈ ਭਾਰਤੀ ਇਤਿਹਾਸ ਦੇ ਵਿੱਚ ਵੀ ਕਿਸੇ ਨੂੰ ਵੀ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਕੰਮ ਦੇ ਮਹੱਤਵ ਨੂੰ ਦੇਖਦੇ ਹੋਏ ਸ਼ੁਭ ਮਹੂਰਤ ਦੇ ਵਿੱਚ ਉਸ ਕੰਮ ਦਾ ਸ਼ੁਭਾਰੰਭ ਕੀਤਾ ਜਾਂਦਾ ਹੈ ਕੁਛ ਕਾਰਜ ਸਾਡੇ ਜੀਵਨ ਦੇ ਵਿੱਚ ਜਿਹੜੇ ਬਹੁਤ ਜ਼ਿਆਦਾ ਮਹੱਤਵਪੂਰਨ ਹੁੰਦੇ ਆ ਜਿੱਦਾਂ ਕਿ ਭੂਮੀ ਭਵਨ ਦਾ ਖਰੀਦ ਵੇਚ ਕਰਨਾ ਘਰ ਦਾ ਨਿਰਮਾਣ ਕਰਨਾ ਫਿਰ ਜਿਹੜਾ ਹੈ ਭਾਰਤੀ ਪਰਿਵੇਸ਼ ਦੇ ਵਿੱਚ ਭਵਨ ਅਤੇ ਭੂਮੀ ਜਿਹੜਾ ਸਾਮਾਨਯ ਵਸਤੂਆਂ ਤੋਂ ਜ਼ਿਆਦਾ ਮਹੱਤਵ ਰੱਖਦੇ ਆ ਕਿਉਂਕਿ ਇੱਥੇ ਭਵਨ ਦੇ ਵਿੱਚ ਇੱਟ ਅਤੇ ਸੀਮੈਂਟ ਦੇ ਨਾਲ ਬਣਿਆ ਹੋਇਆ ਨਹੀਂ ਬਲਕਿ ਉਹਦੇ ਵਿੱਚ ਇੱਕ ਵਿਅਕਤੀ ਦੇ ਸੰਪੂਰਨ ਜੀਨ ਦਾ ਅਤੇ ਅਸਤਿਤਵ ਜਿਹੜਾ ਉਹ ਸਮਾਹਿਤ ਹੁੰਦਾ ਜਿਹੜਾ ਜੀਵਨ ਦੇ ਵੱਖ ਵੱਖ ਪਹਿਲੂਆਂ ਦਾ ਮੂਲ ਆਧਾਰ ਹੁੰਦਾ ਹੈ ਸ਼ੁਭ ਸਮੇਂ ਦੇ ਵਿੱਚ ਕੀਤੇ ਹੋਏ ਮਹੂਰਤ ਜਿਹੜੇ ਨਿਰਵਿਘਨ ਪੂਰਨ ਹੁੰਦੇ ਆ ਇਸ ਲਈ ਜਿਹੜਾ ਹੈ ਸ਼ੁਭ ਸਮੇਂ ਦਾ ਚਯਨ ਕਰਕੇ ਹੀ ਅਸੀਂ ਭਵਨ ਨਿਰਮਾਣ ਕਰਦੇ ਹਾਂ ਸਮੇਂ ਦੀ ਸ਼ੁਭ ਅਸ਼ੁਭਤਾ ਨੂੰ ਦੇਖ ਕੇ ਜਿਹੜਾ ਕੰਮ ਨਹੀਂ ਕਰਦਾ ਉਹ ਹਮੇਸ਼ਾ ਫੇਲ ਹੋ ਜਾਂਦਾ ਹੈ ਅਤੇ ਹਾਨੀ ਉਹਦੇ ਹੱਥ 'ਚ ਲੱਗਦੀ ਹੈ ਨੁਕਸਾਨ ਹੁੰਦਾ ਨਿਰਾਸ਼ਾ ਲੱਗਦੀ ਹੈ ਭਵਨ ਨਿਰਮਾਣ ਕਰਦੇ ਸਮੇਂ ਸ਼ੁੱਧੀ ਯਾਨੀ ਕਿ ਮਹੂਰਤ ਵਿਚਾਰ ਕਰਦੇ ਸਮੇਂ ਕੁਛ ਸ਼ੁਭ ਸੂਤਰਾਂ ਨੂੰ ਤੁਸੀਂ ਪ੍ਰਯੋਗ ਦੇ ਵਿੱਚ ਲੈ ਕੇ ਆਓ ਕਿਹੜੇ ਕਿਹੜੇ ਨੋਟ ਕਰੋ ਭਵਨ ਦੇ ਪ੍ਰਾਰੂਪ ਬਣਾ ਕੇ ਤੁਸੀਂ ਇੱਕ ਵਿਦਵਾਨ ਜੋਤਿਸ਼ੀ ਤੋਂ ਸ਼ੁਭ ਮਹੂਰਤ ਕਢਵਾਓ ਕਿ ਕਦੋਂ ਨੀਂਹ ਪੱਟਣੀ ਹੈ ਕਦੋਂ ਘਰ ਦਾ ਨਿਰਮਾਣ ਕਰਨਾ ਹੈ ਸੋ ਸ਼ਿਲਾਨਿਆਸ ਅਤੇ ਵਾਸਤੂ ਸ਼ਾਂਤੀ ਜਿਹੜੀ ਹੈ ਸ਼ਾਸਤਰੀ ਤਰੀਕੇ ਦੇ ਨਾਲ ਕਰਕੇ ਭਵਨ ਬਣਵਾਉਣਾ ਚਾਹੀਦਾ ਹੈ ਲੇਕਿਨ ਸਭ ਤੋਂ ਪਹਿਲਾਂ ਝੰਡਾ ਪੂਜਨ ਜ਼ਰੂਰ ਕਰਨਾ ਚਾਹੀਦਾ ਹੈ ਸੋ ਭੂਮੀ ਦੇ ਖਰੀਦ ਵੇਚ ਕਰਦੇ ਸਮੇਂ ਵੀ ਸ਼ੁਭ ਮਹੂਰਤ ਕਢਵਾ ਕੇ ਹੀ ਖਰੀਦ ਵੇਚ ਕਰੋਗੇ ਤਾਂ ਜ਼ਿਆਦਾ ਵਧੀਆ ਰਹੇਗਾ ਸੋ ਗ੍ਰਹਿ ਨਿਰਮਾਣ ਕਰਦੇ ਸਮੇਂ ਇੱਕ ਯੋਗਿਆ ਜੋਤਿਸ਼ ਗਣ ਤੋਂ ਤੁਸੀਂ ਸ਼ੁਭ ਮਹੂਰਤ ਜ਼ਰੂਰ ਕਢਵਾਓ ਸ਼ੁਭ ਮਾਸ ਸ਼ੁਭ ਵਾਰ ਸ਼ੁਭ ਪਕਸ਼ ਸ਼ੁਭ ਤਿਥੀ ਸ਼ੁਭ ਨਕਸ਼ੱਤਰ ਸੂਰਿਆ ਰਾਸ਼ੀ ਅਤੇ ਸ਼ੁਭ ਲਗਨ ਜਿਹੜਾ ਚੁਣ ਕੇ ਹੀ ਘਰ ਦਾ ਨਿਰਮਾਣ ਕਰਨਾ ਚਾਹੀਦਾ ਹੈ ਸਭ ਤੋਂ ਜ਼ਿਆਦਾ ਇੰਪੋਰਟੈਂਟ ਕੀ ਹੈ ਕਿ ਜਦੋਂ ਵੀ ਘਰ ਦਾ ਨਿਰਮਾਣ ਕਰਨਾ ਪਹਿਲਾਂ ਵਾਸਤੂ ਜ਼ਰੂਰ ਬਣਵਾਓ ਬੜੇ ਲੋਕ ਕਹਿੰਦੇ ਕਿ ਅਸੀਂ ਵਾਸਤੂ ਕੀਤਾ ਲੇਕਿਨ ਅਸੀਂ ਉਹਨਾਂ ਨੂੰ ਕਹਿੰਦੇ ਕਿ ਕੀ ਤੁਸੀਂ ਵਾਸਤੂ ਦੇ ਵਿੱਚ ਜਗ੍ਹਾ ਦੀਆਂ ਐਨਰਜੀਜ਼ ਚੈੱਕ ਕਰਾਈਆਂ ਕੀ ਉਸ ਜਗ੍ਹਾ ਦੇ ਵਿੱਚ ਕਿਸੇ ਜਾਨਵਰ ਦੀ ਜਾਂ ਇਨਸਾਨ ਦੀ ਲਾਸ਼ ਤਾਂ ਨਹੀਂ ਦੱਬੀ ਹੋਈ ਕੀ ਉੱਥੇ ਕੋਈ ਪ੍ਰੇਤ ਬਾਧਾ ਤਾਂ ਨਹੀਂ ਕੀ ਉੱਥੇ ਨੈਗੇਟਿਵ ਐਨਰਜੀ ਤਾਂ ਨਹੀਂ ਇਹ ਇੱਕ ਵਾਸਤੂ ਵਿਸ਼ੇਸ਼ਗ ਨਹੀਂ ਜਾਣ ਸਕਦਾ ਇਹਨੂੰ ਜਿਸ ਵਿਅਕਤੀ ਨੇ ਐਨਰਜੀਜ਼ ਦੇ ਉੱਤੇ ਕੰਮ ਕੀਤਾ ਉਹੀ ਇਹਨੂੰ ਚੰਗੀ ਤਰੀਕੇ ਨਾਲ ਜਾਣ ਸਕਦਾ ਹੈ ਸੋ ਆਓ ਜੀ ਹੁਣ ਤੁਹਾਨੂੰ ਦੱਸੀਏ ਕਿ ਵਟਸਐਪ ਦੇ ਉੱਤੇ ਬਹੁਤ ਦਰਸ਼ਕ ਸਾਡੇ ਨਾਲ ਐਡ ਹੋਣਾ ਚਾਹੁੰਦੇ ਆ ਸੋ ਸਾਡੇ ਨੰਬਰ 98-726-20-533 ਦੇ ਆਪਣਾ ਨਾਮ ਅਤੇ ਆਪਣੇ ਸ਼ਹਿਰ ਦਾ ਨਾਮ ਭੇਜ ਦਿਓ ਜਿਹੜੇ ਕੈਨੇਡਾ ਤੋਂ ਵੀ ਝਾਂਜਰ ਟੀਵੀ ਦੇ ਸਾਡੇ ਪਿਆਰੇ ਦਰਸ਼ਕ ਦੇਖ ਰਹੇ ਹਾਂ ਉਹਨਾਂ ਨੂੰ ਵੀ ਇਹ ਔਫਰ ਹੈਗੀ ਹੈ ਸੋ ਤੁਸੀਂ ਆਪਣੇ ਮੋਬਾਈਲ ਨੰਬਰ ਦੇ ਉੱਤੇ ਹੀ ਸਾਡੀ ਸਾਰੀ ਡਿਟੇਲਸ ਜਿਹੜੀ ਫਰੀ ਆਫ ਕੋਸਟ ਹਾਸਿਲ ਕਰ ਲਓਗੇ ਨਾਲ ਨਾਲ ਸਾਡਾ ਟੀਵੀ ਪ੍ਰੋਗਰਾਮ ਵੀ ਦੇਖ ਸਕੋਗੇ ਫੇਸਬੁੱਕ ਦੇ ਉੱਤੇ ਸਾਡੇ ਪੇਜ ਨੂੰ ਵੀ ਤੁਸੀਂ ਲਾਈਕ ਕਰ ਸਕਦੇ ਹੋ ਐਸਟ੍ਰੋਲੋਜਰ ਸੁਖਮਿੰਦਰ ਲੁਧਿਆਣਾ ਇੰਡੀਆ ਯੂਟਿਊਬ 'ਤੇ ਸਾਡੇ 800 ਤੋਂ ਜ਼ਿਆਦਾ ਐਪੀਸੋਡਸ ਪਏ ਆ ਉਹਨਾਂ ਨੂੰ ਤੁਸੀਂ ਦੇਖ ਸਕਦੇ ਹੋ ਜੋਤਿਸ਼ ਅਸੀਂ ਸਿਖਾਉਣਾ ਸ਼ੁਰੂ ਕਰ ਦਿੱਤਾ ਉਹ ਵੀ ਤੁਸੀਂ ਸਿੱਖ ਸਕਦੇ ਹੋ ਸਾਡੇ ਤੋਂ ਅਤੇ ਮੋਰਓਵਰ ਸਾਡਾ ਅਖਬਾਰ ਵਾਇਸ ਆਫ ਏਸ਼ੀਅਨਸ ਹਰ ਹਫ਼ਤੇ ਨਿਕਲਦਾ ਇੰਡੀਆ ਦੇ ਵਿੱਚ ਕਿਤੇ ਵੀ ਤੁਸੀਂ ਇਹਨੂੰ ਮੰਗਾ ਸਕਦੇ ਹੋ ਡਾਕ ਰਾਹੀਂ ਸਾਲ ਦਾ ਚੰਦਾ ਹੈ ਸਿਰਫ 150 ਰੁਪਿਆ ਉਹਨਾਂ ਦਾ ਰਾਸ਼ੀਫਲ ਮੇਸ਼ ਰਾਸ਼ੀ ਵਾਲੇ ਅੱਜ ਤਨਖਾਹ ਦੇ ਵਿੱਚ ਵਾਧਾ ਹੋ ਸਕਦਾ ਹੈ ਜਾਂ ਕਾਰੋਬਾਰ ਦੇ ਵਿੱਚ ਤਰੱਕੀ ਹੋ ਸਕਦੀ ਹੈ ਵਰਿਸ਼ਠ ਰਾਸ਼ੀ ਵਾਲੇ ਕੋਈ ਨਜ਼ਦੀਕੀ ਸ਼ਰੀਕੇ ਅੱਜ ਤੁਹਾਨੂੰ ਨੁਕਸਾਨ ਪਹੁੰਚਾ ਸਕਦੇ ਹਨ ਚਾਵਲ ਦਾਨ ਕਰੀਓ ਮਿਥੁਨ ਰਾਸ਼ੀ ਵਾਲੇ ਬੱਚਿਆਂ ਦੇ ਕਾਰਨ ਅੱਜ ਬਹੁਤ ਜ਼ਿਆਦਾ ਤੁਹਾਨੂੰ ਚੰਗੇ ਰਿਜ਼ਲਟਸ ਮਿਲ ਸਕਦੇ ਹੈ ਕਰਕ ਰਾਸ਼ੀ ਵਾਲਿਆਂ ਦੇ ਲਈ ਨਾਮ ਮਾਨ ਸਨਮਾਨ ਬਹੁਤ ਜ਼ਿਆਦਾ ਬਣ ਸਕਦਾ ਹੈ ਸਿੰਘ ਰਾਸ਼ੀ ਵਾਲਿਆਂ ਨੂੰ ਪੋਲੀਟੀਕਲ ਲੋਕ ਅੱਜ ਆਪਣੇ ਮਤਲਬ ਦੇ ਲਈ ਯੂਜ਼ ਕਰ ਸਕਦੇ ਹੈ ਕੰਨਿਆ ਰਾਸ਼ੀ ਵਾਲੇ ਅੱਜ ਦਾ ਦਿਨ ਜਿਹੜਾ ਹੈ ਦੂਰ ਦੁਰਾਡੇ ਤੋਂ ਚੰਗੇ ਸੁੱਖ ਸੁਨੇਹੇ ਆ ਸਕਦੇ ਆ ਤੁਲਾ ਰਾਸ਼ੀ ਵਾਲਿਆਂ ਦੇ ਲਈ ਉਹਨਾਂ ਦੇ ਮਨ ਦੇ ਵਿੱਚ ਜਿੰਨੇ ਵੀ ਡਾਊਟਸ ਹੈਗੇ ਆ ਉਹ ਤੁਹਾਨੂੰ ਬਹੁਤ ਪ੍ਰੋਬਲਮ ਦੇ ਸਕਦੇ ਆ ਸੋ ਵਰਿਸ਼ਚਿਕ ਰਾਸ਼ੀ ਵਾਲੇ
ਅੱਜ ਵਹੀਕਲ ਧਿਆਨ ਦੇ ਨਾਲ ਚਲਾਨ ਸੱਟ ਲੱਗਣ ਦਾ ਡਰ ਹੋ ਸਕਦਾ ਹੈ। ਧਨੂ ਰਾਸ਼ੀ ਵਾਲਿਆਂ ਦੇ ਲਈ ਅੱਜ ਵੱਡੇ ਅਧਿਕਾਰੀਆਂ ਦੇ ਨਾਲ ਸੰਪਰਕ ਬਣੇਗਾ। ਮਕਰ ਰਾਸ਼ੀ ਵਾਲੇ ਅੱਜ ਕਿਸੇ ਪੋਲੀਟੀਕਲ ਸੰਸਥਾ ਦੇ ਨਾਲ ਜੁੜਨਗੇ। ਕੁੰਭ ਰਾਸ਼ੀ ਵਾਲੇ ਸਮਾਜਿਕ ਸਤਰ 'ਤੇ ਬੜਾ ਵੱਡਾ ਨਾਮ ਹੋਏਗਾ ਤਾਂ ਮੀਨ ਰਾਸ਼ੀ ਵਾਲੇ ਵਪਾਰ ਬਹੁਤ ਵਧੀਆ ਚੱਲੇਗਾ ਜਾਂ ਨੌਕਰੀ 'ਚ ਤਰੱਕੀ ਮਿਲੇਗੀ। ਸੋ ਬੜੇ ਦਰਸ਼ਕ ਪੁੱਛਦੇ ਕਿ ਸੁਖਵਿੰਦਰ ਜੀ, ਅਸੀਂ ਆਪ ਆ ਕੇ ਤੁਹਾਨੂੰ ਮਿਲਣਾ ਚਾਹੁੰਦੇ ਹਾਂ, ਤਕਦੀਰ ਦਾ ਹਾਲ ਜਾਣਨਾ ਚਾਹੁੰਦੇ ਹਾਂ, ਤੁਹਾਡੇ ਤੋਂ ਰਤਨ ਦੇ ਰੁਦਰਾਕਸ਼ ਲੈ ਕੇ ਪਾਉਣਾ ਚਾਹੁੰਦੇ ਹਾਂ, ਵਾਸਤੂ ਦਾ ਵਿਜ਼ਿਟ ਕਰਾਉਣਾ ਚਾਹੁੰਦੇ ਹਾਂ ਜਾਂ ਨਕਸ਼ਾ ਚੈੱਕ ਕਰਾਉਣਾ ਚਾਹੁੰਦੇ ਹਾਂ। ਪਿਆਰੇ ਦਰਸ਼ਕੋ, ਇਹਨਾਂ ਸਾਰੀਆਂ ਚੀਜ਼ਾਂ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਸਾਡੇ ਤੋਂ ਸਮਾਂ ਲੈ ਸਕਦੇ ਹੋ। ਸਾਡਾ ਪਤਾ ਨੋਟ ਕਰ ਲਓ, ਜੋਤਿਸ਼ੀ ਸੁਖਮਿੰਦਰ, TG ਸਰਾਭਾ ਨਗਰ, ਲੁਧਿਆਣਾ, ਪੰਜਾਬ, ਇੰਡੀਆ। ਫੋਨ ਨੰਬਰ 94-170-2533 ਅਤੇ 98-720-2533। ਸੋ ਕੱਲ੍ਹ ਫਿਰ ਮਿਲਾਂਗੇ ਇਸੇ ਪ੍ਰੋਗਰਾਮ ਦੇ ਵਿੱਚ ਇੱਕ ਨਵੇਂ ਟੌਪਿਕ ਨੂੰ ਲੈ ਕੇ। ਕੱਲ੍ਹ ਤੱਕ ਲਈ ਨਮਸਕਾਰ।